بسم اللہ الرحمن الرحیم شروع ਕਰਦਾ ਹਾਂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਔਰ ਨਿਹਾਈਤੀ ਰਹਿਮ ਕਰਨ ਵਾਲਾ ਹੈ ਅੱਜ 12 ਸਤੰਬਰ 2024 ਹੈ ਲੁਧਿਆਣਾ ਜਾਵਾ ਮਸਜਿਦ ਤੋਂ ਮੈਂ ਤੁਹਾਨੂੰ ਸਭ ਨੂੰ ਅਸਲਾਮੁਅਲੈਕੁਮ ورحਮਤullahi ਬਰਕਾਤੁ ਅਰਜ਼ ਕਰਦਾ ਅੱਜ ਇੱਕ ਬਹੁਤ ਜ਼ਰੂਰੀ ਐਲਾਨ ਦੇ ਲਈ ਇਸ ਵੇਲੇ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਿਹਾ ਹਾਂ ਇੱਕ ਅਹਿਮ ਪੰਜਾਬ ਦੇ ਸਾਰੇ ਹੀ ਮੁਸਲਮਾਨਾਂ ਦੀ ਇੱਕ ਅਹਿਮ ਮੀਟਿੰਗ 17 ਸਤੰਬਰ 2024 ਨੂੰ ਲੁਧਿਆਣਾ ਵਿਖੇ ਰੱਖੀ ਗਈ ਹੈ ਜਿਹੜੀ ਕਿ ਲੁਧਿਆਣਾ ਬਾਈਪਾਸ ਜਿਹੜਾ ਹੈ ਜਲੰਧਰ ਬਾਈਪਾਸ ਉਹਦੇ ਕੋਲ ਅੰਬੇਦਕਰ ਪਵਨ ਹੈ ਅੰਬੇਦਕਰ ਪਵਨ ਵਿਖੇ ਸ਼ਾਮ ਨੂੰ ਮਗਰੀਬ ਦੀ ਨਮਾਜ਼ ਯਾਨੀ ਸ਼ਾਮੀ 6:30 ਵਜੇ ਤੋਂ ਲੈ ਕੇ 10:00 ਵਜੇ ਤੱਕ ਦੀ ਇਹ ਮੀਟਿੰਗ ਜਿਹੜੀ ਹੈ ਉਹ ਇਹ ਹੋਣੀ ਹੈ ਇਹ ਬਹੁਤ ਹੀ ਅਹਿਮ ਮੀਟਿੰਗ ਹੈ ਲੇਕਿਨ ਪਹਿਲਾਂ ਮੈਂ ਦੱਸਣਾ ਚਾਹਣਾ ਵੀ ਇਸ ਮੀਟਿੰਗ ਦੇ ਵਿੱਚ ਸਾਰੇ ਹੀ ਪੰਜਾਬ ਦੀਆਂ ਮਸਜਿਦਾਂ ਦੇ ਇਮਾਮ ਸਾਰੇ ਹੀ ਮਦਰਸਿਆਂ ਦੇ ਮੁਖਤਮਿਮ ਸਾਹਿਬਾਨ ਸਾਰੇ ਹੀ ਮੁਸਲਿਮ ਜਿੰਨੀ ਵੀ ਐਨ ਜੀਓਜ਼ ਨੇ ਉਹਨਾਂ ਦੇ ਪ੍ਰਧਾਨ ਉਹਨਾਂ ਦੇ ਸੈਕਟਰੀ ਉਹਨਾਂ ਦੇ ਮੈਂਬਰਾਨ ਸਾਬਾਨ ਜਿੰਨੇ ਵੀ ਮੁਸਲਿਮ ਸੰਸਥਾਵਾਂ ਮੁਸਲਿਮ ਸੰਗਠਨ ਮੁਸਲਿਮ ਸਿਆਸੀ ਆਗੂ ਨੇ ਚਾਹੇ ਉਹ ਕਿਸੇ ਵੀ ਮੁਸਲਿਮ ਸਿਆਸੀ ਜਮਾਤ ਨਾਲ ਤਾਲੁਕ ਰੱਖਦੇ ਨੇ ਉਹਨਾਂ ਸਾਰਿਆਂ ਦੇ ਜ਼ਿੰਮੇਦਾਰ ਜਿਹੜੇ ਵੀ ਮੁਸਲਮਾਨਾਂ ਦੇ ਜ਼ਿਲ੍ਹਾ ਡਿਸਟ੍ਰਿਕਟ ਸਬ ਤਹਿਸੀਲ ਹੈੱਡ ਕੁਆਟਰਾਂ ਦੇ ਜਿੰਨੇ ਵੀ ਅਲੱਗ-ਅਲੱਗ ਸੰਸਥਾਵਾਂ ਵੱਲੋਂ ਪ੍ਰਧਾਨ ਲਾਏ ਗਏ ਨੇ ਉਹ ਸਾਰੇ ਤੁਸੀਂ ਸਾਰਿਆਂ ਨੇ 17 ਸਤੰਬਰ ਨੂੰ ਲੁਧਿਆਣਾ ਦੇ जामा मस्जिद ਦੇ ਸੱਦੇ ਦੇ ਉੱਤੇ 17 ਸਤੰਬਰ ਸ਼ਾਮ ਨੂੰ 6:30 ਵਜੇ ਲੁਧਿਆਣਾ ਅੰਬੇਦਕਰ ਭਵਨ ਜਿਹੜਾ ਕਿ ਜਲੰਧਰ ਬਾਈਪਾਸ ਦੇ ਕੋਲ ਜਿਹੜਾ ਹੈ ਥਾਣਾ ਸਲੀਮ ਟਾਪਰੀ ਦੇ ਬਿਲਕੁਲ ਨਾਲ ਹੈ ਉੱਥੇ ਇਕੱਠੇ ਹੋਣਾ ਔਰ ਇੱਕ ਬਹੁਤ ਹੀ ਅਹਿਮ ਮੁੱਦੇ ਤੇ ਇਹ ਜਿਹੜੀ ਮੀਟਿੰਗ ਜਿਹੜੀ ਹੈ ਉਹ ਹੋਣ ਲਈ ਚਾਰੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਐਸੀ ਕਿਹੜੀ ਬਹੁਤ ਹੀ ਅਹਿਮ ਮੀਟਿੰਗ ਹੈ ਜੇ ਦੀ ਇਸ ਵੇਲੇ ਮੈਂ ਤੁਹਾਡੇ ਨਾਲ ਗੁਫ਼ਤਗੂ ਕਰ ਰਿਹਾ ਹਾਂ ਅਸਲ ਦੇ ਵਿੱਚ ਪਿਛਲੇ 4-5 ਦਿਨਾਂ ਤੋਂ ਇੱਕ ਮਸਲਾ ਜਿਹੜਾ ਹੈ ਉਹ ਸਾਡੇ ਸਾਹਮਣੇ ਆਇਆ ਹੈ ਔਰ ਜਿਹੜਾ ਕਿ ਪੰਜਾਬ ਦੀ ਜਿਹੜੀ ਕਿ ਵਿਲੱਖਣਤਾ ਹੈ ਪੂਰੇ ਭਾਰਤ ਦੇ ਵਿੱਚ ਪੰਜਾਬ ਦੀ ਜਿਹੜੀ ਰਿਵਾਇਤਾਂ ਹੈ ਉਹਦੇ ਨਾਲ ਮੇਲ ਨਹੀਂ ਖਾਂਦੇ ਹੋਇਆ ਇਹ ਹੈ ਕਿ ਨਵਾਂ ਸ਼ਹਿਰ ਦੇ ਵਿੱਚ 2200 ਸਾਲ ਪੁਰਾਣੀ ਜਿਹੜੀ ਕਿ ਜਾਮਾ ਮਸਜਿਦ ਬਾਰਾਦਰੀ ਚ ਹੈ ਜਿਹਨੂੰ ਕਿ ਅਜ ਤੋਂ 10-15 ਸਾਲ ਪਹਿਲਾਂ ਦੁਬਾਰਾ ਵੀ ਉਸਾਰਿਆ ਗਿਆ ਉਸ ਦਾ ਇੱਕ ਗੇਟ ਜਿਹੜਾ ਹੈ ਉਸ ਗੇਟ ਦੇ ਸਾਹਮਣੇ ਪਾਸੇ ਅਜ ਤੋਂ ਇੱਕ ਹਫਤਾ ਪਹਿਲਾਂ ਕੁਝ ਲੋਕਾਂ ਨੇ ਆ ਕੇ ਇਸ ਗੱਲ ਤੇ ਇਤਰਾਜ਼ ਕੀਤਾ ਕਿ ਗੇਟ ਦੇ ਸਾਹਮਣੇ ਤੁਸੀਂ ਟਾਈਲਾਂ ਕਿਉਂ ਲਗਾ ਰਹੇ ਹੋ ਕਿ ਇਹ ਸਾਹਮਣੇ ਦੀ ਪਾਰਪਰਟੀ ਜਿਹੜੀ ਹੈ ਉਹ ਡਿਸਪਿਊਟਡ ਹੈ ਔਰ ਉਹ ਲੋਕ ਜਿਹੜੇ ਮਸਜਿਦ ਤੱਕ ਨਾਰਾਬਾਜ਼ੀ ਕਰਦੇ ਹੋਏ ਮਸਜਿਦ ਤੱਕ ਆ ਗਏ ਲੇਕਿਨ ਇਹ ਕੋਈ ਬੜੀ ਬਾਤ ਨਹੀਂ ਅੱਜ ਦੇ ਟਾਈਮ ਜਿੱਥੇ ਭਾਰਤ ਚ ਬਹੁਤ ਕੁਝ ਇਦਾਂ ਦਾ ਹੋ ਰਿਹਾ ਲੇਕਿਨ ਇੱਥੇ ਹੈਰਾਨੀ ਦੀ ਗੱਲ ਇਹ ਹੈ ਇਹ ਐਡੀ ਵੱਡੀ ਮੀਟਿੰਗ ਮੈਂ ਇਸ ਲਈ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਹੈ ਕਿਉਂਕਿ ਜਦ ਉਹ ਲੋਕ ਜਿਨ੍ਹਾਂ ਨੇ ਮਸਜਿਦ ਦੇ ਸਾਹਮਣੇ ਟਾਈਲਾਂ ਲਾਉਣ ਤੇ ਇਤਰਾਜ਼ ਕੀਤਾ ਉਹ ਜਦ ਮਸਜਿਦ ਦੇ ਦਰਵਾਜ਼ੇ ਤੱਕ ਹਮਲਾ ਕਰਨ ਲਈ ਪਹੁੰਚ ਗਏ ਅਤੇ ਉਹਨਾਂ ਨੇ ਉੱਥੇ ਜਾ ਕੇ ਭੱਦੀ ਸ਼ਬਦਾਬਲੀ ਵੀ ਇਖਤਿਆਰ ਕੀਤੀ ਨਾਰੇਬਾਜ਼ੀ ਵੀ ਕੀਤੀ ਤੇ ਉਹਨਾਂ ਦੀ ਨਾਰੇਬਾਜ਼ੀ ਤੋਂ ਬਾਅਦ ਪੁਲਿਸ ਨੇ ਆ ਕੇ ਉਹਨਾਂ ਤੇ ਕੋਈ ਮੁਕੱਦਮਾ ਨਹੀਂ ਦਰਜ ਕੀਤਾ ਬਲਕਿ ਨਵੇਂ ਸ਼ਹਿਰ ਦਾ ਜਿਹੜੇ ਕਿ ਡਿਪਟੀ ਕਮਿਸ਼ਨਰ ਨੇ ਮਿਸਟਰ ਐਨ ਐਸ ਰੰਧਾਵਾ ਉਹ ਮੌਕੇ ਤੇ ਪਹੁੰਚਦੇ ਨੇ ਐਸ ਡੀ ਐਮ ਮੌਕੇ ਤੇ ਪਹੁੰਚਦੀ ਹੈ ਵੀਡੀਓ ਮੌਕੇ ਤੇ ਪਹੁੰਚਦੀ ਹੈ ਔਰ ਜ਼ਬਰੀ ਤੌਰ ਤੇ ਮਸਜਿਦ ਦੇ ਗੇਟ ਨੂੰ ਤਾਲਾ ਲਾ ਦਿੱਤਾ ਇੱਕ ਮਸਜਿਦ ਦੇ ਗੇਟ ਨੂੰ ਤਾਲਾ ਲਾ ਦਿੱਤਾ ਜਾਣਾ ਔਰ ਉਸ ਮਸਜਿਦ ਦੇ ਗੇਟ ਨੂੰ ਤਾਲਾ ਲਾਇਆ ਜਾਣਾ ਜਿਹੜੀ ਕਿ ਸਦੀਆਂ ਤੋਂ ਉੱਥੇ ਮੌਜੂਦ ਹੈ ਔਰ ਪੰਜਾਬ ਵਰਗੀ ਧਰਤੀ ਦੇ ਉੱਤੇ ਜਿੱਥੇ ਕਿ ਸਰਬ ਧਰਮਾਂ ਦੇ ਲੋਕਾਂ ਨੇ ਸਿਰਫ ਲੋਕਾਂ ਨੂੰ ਪਿਆਰ ਮੁਹੱਬਤ ਸਿਖਾਈ ਹੈ ਇਹਦੇ 'ਚ ਜਿਹੜੀ ਤਫਤੀਸ਼ ਦੀ ਗੱਲ ਹੈ ਜਿਹੜੀ ਫਿਕਰਮੰਦੀ ਦੀ ਗੱਲ ਇਹ ਹੈ ਕਿ ਕੱਲ ਨੂੰ ਕਿਤੇ ਵੀ ਕਿਸੇ ਵੀ ਧਰਮ ਦੇ ਜਿਹੜੇ ਲੋਕ ਨੇ ਉਹ ਦੂਜੇ ਧਰਮ ਸਥਾਨ ਦੇ ਉੱਤੇ ਜਾ ਕੇ ਨਾਰੇਬਾਜੀ ਕਰਨ ਤੇ ਦਰਿੰਦਾ ਵਾਂਸਾ ਉੱਥੇ ਡੀਸੀ ਲੱਗੇ ਹੋਣ ਤੇ ਜਾ ਕੇ ਮਸਜਿਦ ਨੂੰ ਤਾਲਾ ਲਵਾ ਦੇਣੇ ਜਾ ਕੇ ਜਿਸੇ ਵੀ ਧਰਮ ਸਥਾਨ ਨੂੰ ਤਾਲਾ ਲਵਾ ਦੇਣੇ ਇਸ ਲਈ ਇਹ ਜਿਹੜੇ ਸਿਵਲ ਅਧਿਕਾਰੀ ਹੈ ਉਹਨਾਂ ਵੱਲੋਂ ਇਹ ਐਡਾ ਵੱਡਾ ਕਦਮ ਚੱਕਿਆ ਜਾਣਾ ਔਰ ਐਡੀ ਵੱਡੀ ਕਾਰਵਾਈ ਕੀਤੀ ਜਾਣੀ ਕਿ ਉਹਨਾਂ ਨੇ ਇੰਨੀ ਹਿੰਮਤ ਦਿਖਾਈ ਕਿ ਇੱਕ ਮਸਜਿਦ ਨੂੰ ਤਾਲਾ ਲਾ ਦਿੱਤਾ ਮੈਂ ਸਮਝਦਾ ਹਾਂ ਇਹ ਨਜ਼ਰਅੰਦਾਜ਼ ਕੀਤੇ ਜਾਣ ਦੇ ਕਾਬਿਲ ਨਹੀਂ ਉਹਨਾਂ ਦਾ ਇਹ ਕਹਿਣਾ ਕਿ ਕੁਝ ਲੋਕ ਧਰਨਾ ਲਾ ਰਹੇ ਨੇ ਅਗਰ ਕੋਈ ਲੋਕ ਧਰਨਾ ਲਾਣਗੇ ਤੇ ਕੀ ਇਨਸਾਫ ਬਦਲ ਦਿੱਤਾ ਜਾਵੇਗਾ ਇਹ ਅਸੀਂ ਵੀ ਪੰਜਾਬ ਵਿਆਪੀ ਧਰਨਿਆਂ ਦਾ ਐਲਾਨ ਕਰਾਂਗੇ ਲੱਖਾਂ ਮੁਸਲਮਾਨ ਉਸ ਕੱਲੇ ਮੁਸਲਮਾਨ ਹੀ ਨਹੀਂ ਸਾਡੇ ਵਫਦ ਜਿਹੜੇ ਨੇ ਹਰੇਕ ਸ਼ਹਿਰ ਦੇ ਆਪਣੇ ਆਪਣੇ ਸ਼ਹਿਰ ਦੇ ਸਭ ਤੋਂ ਲੋਕ ਪੰਜਾਬ ਚ ਰਹਿੰਦੇ ਨੇ ਇਸ ਮੀਟਿੰਗ ਤੋਂ ਬਹੁਤ ਸਾਡੇ ਜਿਹੜੇ ਵਫਦ ਨੇ ਉਹਨਾਂ ਸਾਰਿਆਂ ਨੂੰ ਜਾ ਕੇ ਮਿਲਣਗੇ ਕਿਉਂਕਿ ਅਸੀਂ ਚਾਹੁੰਦੇ ਵੀ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਇੱਕ ਗਲਤ ਰਵਾਜ ਜਿਹੜਾ ਨਾ ਪੈ ਜਾਏ ਤਫਤੀਸ਼ ਦੀ ਗੱਲ ਇਹ ਹੈ ਕਿ ਤੁਸੀਂ ਇਹ ਦੇਖੋ ਕਿ ਚੰਦ ਲੋਕ ਜਾਂਦੇ ਔਰ ਡੀਸੀ ਸਾਹਿਬ ਕਹਿੰਦੇ ਕਿ ਨਹੀਂ ਮੈਂ ਤਾਂ ਇੱਥੇ ਤਾਲਾ ਜਿਹੜਾ ਉਹ ਲਗਾ ਦੇਵਾਂਗਾ ਉਸ ਤੋਂ ਬਾਅਦ ਜਦ ਰਾਬਤਾ ਕਰਦੇ ਆ ਇੱਕ ਦਫਾ ਤਾਲਾ ਖੁੱਲਦਾ 24 ਘੰਟੇ ਵਿੱਚ ਫਿਰ ਦੁਬਾਰਾ ਤਾਲਾ ਲਾ ਦਿੱਤਾ ਜਾਂਦਾ ਹੈ ਤੇ ਕਿ ਇਹ ਜਿਹੜੀ ਮੀਟਿੰਗ ਹੈ ਇਹ ਸੂਬਾ ਪੱਧਰੀ ਰੋਸ ਪ੍ਰਦਰਸ਼ਨਾਂ ਦੇ ਐਲਾਨ ਕਰਨ ਲਈ ਕੀਤੀ ਜਾਏਗੀ ਇਸ ਲਈ ਆਪਣੇ ਆਪਣੇ ਇਲਾਕੇ ਚ ਜਿਹੜੇ ਵੀ ਲੋਕ ਜਿਹੜੇ ਵੀ ਸੈਕੂਲਰ ਲੋਕ ਨੇ ਜਿਹੜੇ ਵੀ ਅਲੱਗ-ਅਲੱਗ ਧਰਮਾਂ ਨੂੰ ਲੀਡ ਕਰਦੇ ਨੇ, ਸਮਾਜਿਕ ਸੰਸਥਾਵਾਂ ਨੂੰ ਲੀਡ ਕਰਦੇ ਨੇ, ਉਹਨਾਂ ਦੇ ਨਾਲ ਅੱਜ ਮੇਰੇ ਇਸ ਮੈਸੇਜ ਤੋਂ ਬਾਅਦ ਗੱਲ ਕਰੋ, ਆਪਣੇ ਵਿਚਾਰ ਸਾਂਝੇ ਕਰੋ, ਉਹਨਾਂ ਦੀ ਲਿਸਟਾਂ ਬਣਾਓ ਔਰ 17 ਤਰੀਕ ਨੂੰ ਤਾਂ ਸਾਰੇ ਜਿਹੜੇ ਮੁਸਲਮਾਨ ਲੀਡਰ ਸਹਾਬਾਨ ਨੇ, ਮੈਂ ਦੁਬਾਰਾ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਜਿੰਨੇ ਵੀ ਮੁਸਲਮਾਨ ਲੀਡਰ ਨੇ, ਚਾਹੇ ਉਹ ਧਾਰਮਿਕ ਲੀਡਰ ਨੇ, ਚਾਹੇ ਉਹ ਸਮਾਜਿਕ ਲੀਡਰ ਨੇ, ਚਾਹੇ ਉਹ ਕੋਈ ਐਨਜੀਓ ਚਲਾਉਂਦੇ ਪਏ ਨੇ, ਚਾਹੇ ਉਹ ਕਿਸੇ ਸਿਆਸੀ ਪਾਰਟੀ 'ਚ ਨੇ, ਚਾਹੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ, ਚਾਹੇ ਉਹ ਭੌਜਨ ਚਾਹੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਚਾਹੇ ਅਕਾਲੀ ਦਲ ਦੇ ਲੀਡਰ ਨੇ ਇਸ ਵੇਲੇ ਜਿਹੜਾ ਮਸਲਾ ਹੈ ਉਹ ਪੰਜਾਬ ਦੇ ਵਿੱਚ ਜਿਹੜੇ ਲੋਕ ਨਫ਼ਰਤ ਦਾ ਬੀਜ ਬੋਣਾ ਚਾਹੁੰਦੇ ਨੇ ਪੰਜਾਬ ਦੀ ਏਕਤਾ ਨੂੰ ਪੰਜਾਬ ਦੀ ਅਖੰਡਤਾ ਨੂੰ ਬਚਾਉਣ ਦਾ ਮਸਲਾ ਹੈ ਤੇ ਇਸ ਲਈ ਇਹ 17 ਤਾਰੀਖ ਜਿਹੜੀ ਹੈ ਔਰ ਲੁਧਿਆਣਾ ਜਲੰਧਰ ਬਾਈਪਾਸ ਅੰਬੇਦਕਰ ਪਵੰਦੇ ਵਿੱਚ ਤੁਸੀਂ ਸਾਰਿਆਂ ਨੇ ਸਾਡੇ ਨਾਲ ਇਕੱਠੇ ਹੋਣਾ ਔਰ ਉਸ ਵੇਲੇ ਜਿਹੜਾ ਅਗਲੇ jumme ਦੇ ਐਲਾਨ ਕੀਤਾ ਜਾਏਗਾ ਜਿਹਦੇ ਚ ਸੂਬਾ ਪੱਦਰੀ ਰੋਸ ਪ੍ਰਦਰਸ਼ਨਾਂ ਦਾ ਐਲਾਨ ਹੋਏਗਾ ਔਰ ਲੁਧਿਆਣੇ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਹੈ ਲੁਧਿਆਣਾ ਜੰਮ ਮਸਜਿਦ ਤੋਂ ਡਿਪਟੀ ਕਮਿਸ਼ਨਰ ਦਫਤਰ ਤੱਕ ਅਸੀਂ ਕੱਢਾਂਗੇ ਜਿਹਦੇ ਜਿਹ ਇੱਕ ਮੈਮੋਰੰਡਮ ਜਿਹੜਾ ਹੈ کئی ਲੱਖ ਲੋਕ ਜਿਹੜੇ ਜਾ ਕੇ ਡਿਪਟੀ ਕਮਿਸ਼ਨਰ ਨੂੰ ਦੇਣਗੇ ਕਿ ਐਸੇ ਸਿਵਲ ਅਫਸਰਾਂ ਨੂੰ ਮੁਅਤਲ ਕੀਤਾ ਜਾਵੇ ਔਰ ਸਰਕਾਰ ਜਿਹੜੀ ਹੈ ਇਸ ਗੱਲ ਨੂੰ ਯਕੀਨੀ ਬਣਾਵੇ ਕਿ ਕੋਈ ਵੀ ਇਹ ਨਹੀਂ ਕਿ ਕੋਈ ਹੋਰ ਕੋਈ ਅਗਰ ਚਾਹੇ ਕੋਈ ਮੁਸਲਮਾਨ ਹੋਵੇ ਚਾਹੇ ਕੋਈ ਗੈਰ ਮੁਸਲਮ ਹੋਵੇ ਅਗਰ ਕੋਈ ਬੰਦਾ ਧੱਕਾ ਕਰਦਾ ਨਵੇਂ ਸ਼ਹਿਰ ਦੀ ਮਸਜਿਦ ਦੇ ਸਾਹਮਣੇ ਜਾ ਕੇ ਕੁਝ ਲੋਕ ਉੱਥੇ ਦੇ ਮੁਸਲਮਾਨਾਂ ਨੇ ਅਜੇ ਤੱਕ ਕੋਈ ਨਾਰਾ ਨਹੀਂ ਲਾਇਆ ਮਸਜਿਦ ਤੱਕ ਤਾਂ ਬਾਹਰ ਨਹੀਂ ਨਿਕਲੇ ਲੇਕਿਨ ਉਹਨਾਂ ਨੂੰ ਅੰਦਰ ਤਾੜ ਦਿੱਤਾ ਗਿਆ ਤੇ ਇਸ ਲਈ ਕੋਈ ਵੀ ਇਸ ਤਰ੍ਹਾਂ ਇਹ ਤਾਂ ਨਵਾਂ ਰਿਵਾਜ ਪਾਣ ਦੇ ਵੱਲ ਤੁਰਦੇ ਪਏ ਨੇ ਕਿ ਕੋਈ ਵੀ ਬੰਦਾ ਜਿਹੜਾ ਹੈ ਉਹ ਚੰਦ ਲੋਕਾਂ ਨੂੰ ਲੈ ਕੇ ਜਾਵੇ ਦੋ ਚਾਰ ਸੜਕਾਂ ਰੋਕੇ ਉਸ ਤੋਂ ਬਾਅਦ ਕਿਸੇ ਦੇ ਵੀ ਘਰ ਦੇ ਮੋਰੇ ਤਾਲਾ ਲਗਵਾ ਦਿੱਤਾ ਜਾਵੇ ਅਗਰ ਆਪਾਂ ਸਾਰੇ ਚਾਹਨੇ ਆ ਮਿਲ ਕੇ ਕਿ ਸਾਡਾ ਸੂਬਾ ਸਾਡਾ ਪੰਜਾਬ ਸਾਡੀ ਰਿਵਾਇਤਾਂ ਜਿਹੜੀਆਂ ਉਹ ਪਿਆਰ ਔਰ ਮੁਹੱਬਤ ਦੇ ਨਾਲ ਕਾਇਮ ਰੱਖ ਤੇ ਫਿਰ ਇੱਕ ਵਾਰੀ 17 ਤਰੀਕ ਨੂੰ ਮਿਲਦੇ ਹਾਂ ਔਰ ਇਸ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਇਨਸ਼ਾਅੱਲਾ ਕੀਤਾ